हुण संधालिया साहब आपां सीधे दिल्ली जाना मानयोग सुप्रीम कोर्ट दे विच एक पटीशन पिछले साल पई सी ते पटीशन पाउण वाला कोई व्यक्ति विशेष नहीं इंडियन मैडिकल एसोसीएशन IMA कहिंदे आ उहनूं भारत दे डाक्टरां दी जथेबंदी ला लो ਉਹ ਮਾਨਯੋਗ ਸੁਪਰੀਮ ਕੋਰਟ ਜਾਂਦੀ ਹੈ ਅਤੇ ਉਹ ਉੱਥੇ ਜਾ ਕੇ ਕਹਿੰਦੇ ਆ ਕਿ ਇੱਕ ਪਤੰਜਲੀ ਨਾਂ ਦੀ ਕੰਪਨੀ ਹੈ ਰਾਮਦੇਵ ਹੋਰਾਂ ਦੀ ਕੰਪਨੀ ਹੈ ਪਤੰਜਲੀ ਸਾਰਿਆਂ ਨੂੰ ਪਤਾ ਹੋਣਾ ਬਹੁਤ ਸਾਰੇ ਪ੍ਰੋਡਕਟ ਨੇ ਪਿਛਲੇ 15-20 ਸਾਲਾਂ ਦੇ ਵਿੱਚ ਹੁਣ ਤਾਂ ਉਂਗਲਾਂ 'ਤੇ ਪਹਿਲਾਂ ਗਿਣੇ ਜਾਣ ਜੋਗੇ ਪ੍ਰੋਡਕਟ ਹੁੰਦੇ ਸੀ ਫਿਰ ਪੋਟਿਆਂ 'ਤੇ ਗਿਣੇ ਜਾਣ ਜੋਗੇ ਹੋ ਗਿਆ ਵੱਧ ਗਏ ਉਹਦੇ ਤੋਂ ਬਾਅਦ ਤਾਂ ਪਤਾ ਨਹੀਂ ਹੁਣ ਸਾਰੇ ਪਿੰਡ ਦੇ ਹੱਥ ਲਾਇਓ ਅਤੇ ਸਾਰੇ ਪਿੰਡ ਦੀਆਂ ਉਂਗਲੀਆਂ ਲਾਇਓ ਅਤੇ ਸਾਰੇ ਪਿੰਡ ਦੀਆਂ ਉਂਗਲੀਆਂ ਦੇ ਪੋਟੇ ਲਾਇਓ ਸ਼ਾਇਦ ਫਿਰ ਵੀ ਉਹ ਪ੍ਰੋਡਕਟਾਂ ਦੀ ਗਿਣਤੀ ਅਸੀਂ ਕਰ ਨਹੀਂ ਸਕਦੇ ਜਿੰਨੇ ਤਰ੍ਹਾਂ ਦਾ ਸਮਾਨ ਕੀ ਘਰ ਦੀ ਰਸੋਈ ਦੇ ਵਿੱਚ ਕੀ ਕਰਿਆਨੇ ਦਾ ਵਰਤਣਾ ਤੁਸੀਂ ਉਹ ਵੀ ਆ ਗਿਆ ਉਹਦੇ ਤੋਂ ਬਾਅਦ ਤੁਸੀਂ ਕਿਸੇ ਬਾਹਰ ਅੰਦਰ ਜਾਣਾ ਤਿਆਰ ਸ਼ਹਿਰ ਹੋਣਾ ਬਿਊਟੀ ਪ੍ਰੋਡਕਟ ਬਥੇਰੇ ਆ ਗਏ ਤੁਸੀਂ ਬਿਮਾਰ ਠਮਾਰੋ ਤਾਂ ਦਵਾਈ ਕਿਹੜੀ ਖਾਣੀ ਹੈ ਉਹ ਵੀ ਸੌਦਾ ਬਹੁਤ ਆ ਗਿਆ ਜਾਣੀ ਗੱਲੇ ਕੋਈ ਨਹੀਂ ਜੀ ਤੁਸੀਂ ਧਿਆਨ ਹੀ ਛੱਡ ਦਿਓ ਹੁਣ ਪਤੰਜਲੀ ਕੰਪਨੀ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਬੜੀ ਜ਼ਿੰਮੇਵਾਰ ਸੰਸਥਾ ਹੈ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਕੇ ਦੋਸ਼ ਕੀ ਲਾਇਆ ਸੀ ਉਹ ਕਹਿੰਦੇ ਜੀ ਪਤੰਜਲੀ ਵਾਲੇ ਜਾਣੀ ਰਾਮਦੇਵ ਹੋਰਾਂ ਦੀ ਕੰਪਨੀ ਇਸ਼ਤਿਹਾਰ ਦਿੰਦੀ ਹੈ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਪ੍ਰਿੰਟ ਮੀਡੀਆ ਦੇ ਵਿੱਚ ਵੀ ਅਤੇ ਊਂ ਵੀ ਕੰਧਾਂ ਕੌਲਿਆਂ ਦੇ ਉੱਤੇ ਪੋਸਟਰ ਹੋਰਡਿੰਗ ਫਲੈਕਸਾਂ ਲਾ ਲਾ ਕੇ ਅਤੇ ਉਹ ਕਹਿੰਦੇ ਜੀ ਇੱਕ ਤਾਂ ਉਹ ਜਿਹੜੀ ਆਧੁਨਿਕ ਇਲਾਜ ਪ੍ਰਣਾਲੀ ਹੈ ਅੰਗਰੇਜ਼ੀ ਦਵਾਈਆਂ ਵਾਲੀ ਉਹਦੇ ਖਿਲਾਫ਼ ਬਹੁਤ ਬੋਲਦੇ ਆ ਅਤੇ ਦੂਸਰੇ ਜਿਹੜੇ ਉਹਨਾਂ ਦੇ ਆਪਣੇ ਪ੍ਰੋਡਕਟ ਨੇ ਮੈਡੀਕਲ ਦੇ ਨਾਲ ਸੰਬੰਧਿਤ ਉਹਨਾਂ ਦੇ ਬਾਬਤ ਗਲਤ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੰਨ ਲਓ ਕਿ ਕੋਈ ਗੋਲੀ ਬਣਾਈ ਹੈ ਕੋਈ ਟੀਕਾ ਬਣਾਇਆ ਕਿ ਉਹਦੇ ਬਾਬਤ ਦਾਅਵਾ ਕਰ ਦੇਣਾ ਕਿ ਇਸ ਬਿਮਾਰੀ ਨੂੰ ਇਹ ਠੀਕ ਕਰ ਦਿਉ ਉਹ ਕਹਿੰਦੇ ਜੀ ਉਹ ਦਾਅਵੇ ਗਲਤ ਹੁੰਦੇ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹੁੰਦੇ ਹੈ ਜੱਜ ਸਾਹਿਬ ਇਹਨਾਂ ਨੂੰ ਮਾੜਾ ਜਿਹਾ ਸੀਮਾ ਦੇ ਵਿੱਚ ਰਹਿਣ ਨੂੰ ਆਖੋ ਅਤੇ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਦੋਵਾਂ ਧਿਰਾਂ ਦੀਆਂ ਦਲੀਲਾਂ ਕਈ ਮਹੀਨੇ ਚੱਲੀਆਂ ਅਤੇ ਮਾਨਯੋਗ ਸੁਪਰੀਮ ਕੋਰਟ ਨੇ ਝਿੜਕਾਂ ਮਾਰੀਆਂ ਮਾਨਯੋਗ ਸੁਪਰੀਮ ਕੋਰਟ ਨੇ ਪਤੰਜਲੀ ਵਾਲਿਆਂ ਨੂੰ ਰਾਮਦੇਵ ਹੋਰਾਂ ਨੂੰ ਸਿੱਧੀਆਂ ਹਦਾਇਤਾਂ ਦਿੱਤੀਆਂ ਉਹ ਕਹਿੰਦੇ ਜਿੰਨੀ ਛੇਤੀ ਹੋ ਸਕਦਾ ਇੱਦਾਂ ਦੇ ਇਸ਼ਤਿਹਾਰ ਹਟਾਓ ਇਹ ਵੀ ਕਹਿ ਦਿੱਤਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਵੀ ਕਹਿ ਦਿੱਤਾ ਕਿ ਤੁਸੀਂ ਉਹਨਾਂ ਇਲਾਜਾਂ ਦੇ ਉਹਨਾਂ ਰੋਗਾਂ ਦੇ ਇਲਾਜ ਦਾ ਦਾਅਵਾ ਨਾ ਕਰੋ ਜਿਹਦੇ ਲਈ ਉਹ ਤੁਹਾਡੀ ਦਵਾਈ ਜਾਂ ਉਹ ਚੀਜ਼ ਤੁਹਾਡੀ ਬਣੀ ਹੋਈ ਨਹੀਂ ਅਤੇ ਇਹ ਵੀ ਕਹਿ ਦਿੱਤਾ ਕਿ 1 ਕਰੋੜ ਰੁਪਈਆ ਜੁਰਮਾਨਾ ਲਾ ਦੇਣਾ ਸੀ ਤੁਹਾਨੂੰ ਜੇ ਤੁਸੀਂ ਇਹ ਕੰਮ ਨਾ ਛੱਡਿਆ 1 ਕਰੋੜ ਰੁਪਈਆ ਇਹ ਵੀ ਕਹਿ ਦਿੱਤਾ ਕਿ 1 ਕਰੋੜ ਰੁਪਈਆ ਅਸੀਂ ਵੱਖਰੇ ਵੱਖਰੇ ਪ੍ਰੋਡਕਟਾਂ ਦੇ ਉੱਤੇ ਜੁਰਮਾਨਾ ਲਾ ਦੇਣਾ ਇਹ ਮਤ ਸੋਚਿਓ ਕਿ 25-40-50 ਪ੍ਰੋਡਕਟ ਤੁਸੀਂ ਮਾਰਕੀਟ 'ਚ ਭੇਜ ਕੇ ਤਾਂ ਉਹਦੇ ਤੋਂ 1 ਕਰੋੜਾਂ ਕਮਾ ਲੈਣੇ ਆ ਅਤੇ ਮੁੜ ਕੇ 1 ਕਰੋੜ ਜੁਰਮਾਨਾ ਲੱਗੂਗਾ ਹੁਣ ਜਦੋਂ ਇੰਨੀਆਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਸੰਧਾਲੀਆ ਸਾਹਿਬ ਤੁਹਾਨੂੰ ਯਾਦ ਹੈ ਇੱਕ ਵਾਰੀ ਬਿਸਕੁਟ ਦੇ ਪੈਕਟ ਦਾ ਵੀ ਰੌਲਾ ਪਿਆ ਸੀ ਕੰਪਨੀ ਇੱਦਾਂ ਦੀ ਇਹੀ ਅਤੇ ਬਿਸਕੁਟ ਜਿਹੜਾ ਪੈਕ ਕਰਕੇ ਬਾਜ਼ਾਰ ਦੇ ਵਿੱਚ ਭੇਜਦੇ ਸੀ ਅਤੇ ਜਿੰਨੇ ਗ੍ਰਾਮ ਉਹਦੇ 'ਤੇ ਭਾਰ ਲਿਖਿਆ ਹੁੰਦਾ ਸੀ ਭਾਰ ਘੱਟ ਨਿਕਲਿਆ ਸੀ ਉਦੋਂ ਵੀ ਅਦਾਲਤ ਦੇ ਵਿੱਚ ਗਿਆ ਸੀ ਮਸਲਾ ਸ਼ਾਇਦ ਕੰਜ਼ਿਊਮਰ ਫੋਰਮ ਦੇ ਵਿੱਚ ਗਿਆ ਸੀ ਇੱਕ ਸਧਾਰਨ ਬੰਦਾ ਲੈ ਕੇ ਗਿਆ ਸੀ ਇਹਦੇ ਤੋਂ ਬਿਨਾਂ ਤੁਹਾਨੂੰ ਕੋਵਿਡ ਦਾ ਸਮਾਂ ਯਾਦ ਹੋਣਾ ਹੈ ਉਦੋਂ ਤਾਂ ਕੇਂਦਰ ਸਰਕਾਰ ਦੇ ਇੱਕ ਮੰਤਰੀ ਸਾਹਿਬ ਸਟੇਜ ਦੇ ਉੱਤੇ ਮੌਜੂਦ ਸਨ ਜਿਹੜੇ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਸੀ ਕਰੋਨਾ ਦੀ ਦਵਾਈ ਬਣਾਤੀ ਹੈ ਅਸੀਂ ਜਾਣੀ ਲਾਈਵ ਚੱਲਿਆ ਸੀ ਸਾਰਾ ਕੁਝ ਕੈਮਰਿਆਂ ਦੇ ਸਾਹਮਣੇ ਉਹਦੇ ਤੋਂ ਬਾਅਦ ਉਹ ਵੀ ਸ਼ਬਦ ਵਾਪਸ ਲੈਣੇ ਪਏ ਸੀ ਜੀ ਕਰੋਨਾ ਦੀ ਦਵਾਈ ਥੋੜ੍ਹੀ ਹੈ ਪਰ ਉਹਨਾਂ ਚੰਦ ਦਿਨਾਂ ਦੇ ਵਿੱਚ ਜਦੋਂ ਕਰੋਨਾ ਦੀ ਦਵਾਈ ਦਾ ਦਾਅਵਾ ਕੀਤਾ ਅਤੇ ਉਹਦੇ ਤੋਂ ਬਾਅਦ ਉਸ ਦਾਅਵੇ ਨੂੰ ਵਾਪਸ ਲਿਆ ਉਹਨੇ ਸਮੇਂ ਦੇ ਵਿੱਚ ਸਾਰੇ ਭਾਰਤ ਦੇ ਵਿੱਚੋਂ ਦਵਾਈ ਕਿੰਨੇ 1 ਕਰੋੜ ਰੁਪਈਏ ਦੀ ਵਿਕ ਗਈ ਹੋਣੀ ਆ ਉਹਦਾ ਕੋਈ ਹਿਸਾਬ ਕਿਤਾਬ ਥੋੜ੍ਹੀ ਹੈ ਇਸ ਕਰਕੇ ਥੋੜ੍ਹਾ ਜਿਹਾ ਆਮ ਲੋਕ ਵੀ ਹਿਸਾਬ ਦੇ ਨਾਲ ਅਤੇ ਪਤੰਜਲੀ ਵਾਲੇ ਵੀ ਹਿਸਾਬ ਨਾਲ ਚੱਲਣ ਦੇਖੋ ਗੱਲ ਇਹ ਬਾਠ ਸਾਹਿਬ ਕਿ ਵੀ ਜੇ ਆਪਾਂ ਬਾਬਿਆਂ ਦੀ ਗੱਲ ਕਰੀਏ ਅਤੇ ਬਾਬੇ ਮੇਰਾ ਖਿਆਲ ਸ਼ੁਰੂਆਤ ਉਹਨਾਂ ਨੇ ਯੋਗ ਆਸਣ ਕਰਾਉਣ ਤੋਂ ਕੀਤੀ ਸੀ ਇੱਕ ਟੈਲੀਵਿਜ਼ਨ ਦੇ ਉੱਪਰ ਆਉਂਦੇ ਹੁੰਦੇ ਸੀ ਅਤੇ ਖਾਸ ਕਰਕੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਸੀ ਯਾਰ ਇੱਕ ਬਾਬਾ ਆ ਅਤੇ ਉਹ ਬਾਬਾ ਨਾ ਢਿੱਡ ਨੂੰ ਅੰਦਰ ਖਿੱਚ ਕੇ ਅਤੇ ਚੱਕਰੀਆਂ ਨੂੰ ਘੁਮਾ ਦਿੰਦਾ ਜਿੰਨੀ ਗੱਲ ਜਦੋਂ ਹਰੇਕ ਨੂੰ ਪਤਾ ਲੱਗਣੀ ਉਹਨਾਂ ਅੱਛਾ ਯਾਰ ਮੈਂ ਵੀ ਵੇਖੂੰਗਾ ਮੈਂ ਵੀ ਵੇਖੂੰਗਾ ਤਾਂ ਉੱਥੋਂ ਉਹਨਾਂ ਦੀ ਪ੍ਰਸਿੱਧੀ ਹੋਈ ਜਿਹੜੀ ਚੀਜ਼ ਉਹ ਯੋਗ ਆਸਣ ਕਰਨ ਦੀ ਗੱਲ ਕਰਦੇ ਸੀ ਉਹ ਯੋਗ ਆਸਣ ਉਹਨਾਂ ਨੇ ਕਈਆਂ ਨੂੰ ਸਿਖਾਏ ਵੀ ਕਈਆਂ ਥਾਵਾਂ ਦੇ ਉੱਪਰ ਕੀਤੇ ਵੀ ਐਂ ਲੋਕ ਇਹ ਦਾਅਵਾ ਕਰਦੇ ਵੀ ਉਹ ਯੋਗ ਆਸਣ ਕਰਕੇ ਜੀ ਸਾਡਾ ਸਰੀਰ ਪਹਿਲਾਂ ਨਾਲੋਂ ਠੀਕ ਹੋ ਗਿਆ ਦਰੁਸਤ ਹੋ ਗਿਆ ਹੁਣ ਸੋਚਦਾ ਵੀ ਫਿਜ਼ੀਕਲੀ ਜੇ ਕੋਈ ਬੰਦਾ ਐਕਟੀਵਿਟੀ ਕਰਦਾ ਉਹਨੂੰ ਉਹਦਾ ਫਾਇਦਾ ਵੀ ਹੋਇਆ ਹੋਵੇ ਫਿਰ ਜਿਸ ਵਿਧੀ ਵਾਲੇ ਪਾਸੇ ਉਹ ਗਏ ਆਯੁਰਵੇਦ ਦੀ ਆਪਾਂ ਗੱਲ ਕਰਦੇ ਹਾਂ ਵੀ ਆਯੁਰਵੇਦ ਨਾਲ ਰਿਲੇਟਡ ਬਹੁਤ ਸਾਰਾ ਜਿਹੜਾ ਗਿਆਨ ਆ ਉਹ ਕਈ ਚਿਰਾਂ ਤੋਂ ਜਿਹੜਾ ਉਹ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹਦੇ ਜਾਣਕਾਰ ਨੇ ਉਹ ਵਰਤਦੇ ਵੀ ਪਰ ਉਹ ਕਮਰਸ਼ਲਾਈਜ਼ ਨਹੀਂ ਸੀਗਾ ਲੋਕਾਂ ਨੂੰ ਇੰਨਾ ਜ਼ਰੂਰ ਪਤਾ ਹੁੰਦਾ ਵੀ ਯਾਰ ਫਲਾਨੀ ਬੂਟੀ ਆ ਉਹ ਤੁਸੀਂ ਪੰਸਾਰੀ ਕੋਲੋਂ ਲੈ ਆਇਓ ਅਤੇ ਉਹਦੇ ਵਿੱਚ ਇੰਨਾ ਕੁ ਫਲਾਨੀ ਚੀਜ਼ ਮਿਲਾ ਕੇ ਅਤੇ ਇੱਦਾਂ ਸੇਵਨ ਕਰ ਲਿਓ ਤੁਹਾਨੂੰ ਫਲਾਨੀ ਚੀਜ਼ ਦਾ ਫਰਕ ਪੈ ਜਾਵੇ ਉਹ ਇੱਕ ਉਹ ਵਿੱਦਿਆ ਸੀ ਜਿਹੜੇ ਕਿ ਇਹਨੂੰ ਆਪਾਂ ਜੜੀਆਂ ਬੂਟੀਆਂ ਕਹਿ ਦਿੰਦੇ ਹਾਂ ਵੀ ਇੱਧਰੋਂ ਉੱਧਰੋਂ ਪੁਰਾਣੇ ਗਿਆਨ ਦੇ ਹਿਸਾਬ ਨਾਲ ਲੋਕ ਵਰਤਦੇ ਸੀ ਉਹਨਾਂ ਨੂੰ ਫਾਇਦਾ ਵੀ ਹੁੰਦਾ ਫਾਰਮੂਲਾ ਹੁਣ ਹੋਇਆ ਕੀ ਸੀ
अब मतलब प्रोडक्ट मतलब ये भी उन्होंने ये पता लग गया भी इस चीज़ ना आराम आ जाता जी क्यों कमर्शियल नहीं सी अगले नूं पता भी यार उतों पंजां सत्तां दहां रुपईआं दा कोई सौदा आ जाना पंसारी कोलों लै आना बना तुसीं आप लैना तुहानूं ही पता सी भी जो तुसीं तैयार किया की तैयार किया तो की उहदा फायदा नुकसान हुण इह सारे कुछ नूं कमर्शियल एंगल दिता गया जदों इह काम शुरू हुंदा कि भी हाँ जी एक बकायदा ब्रांड बनता उस ब्रांड की मशहूरी जिहड़ी आ जे तुसीं शुरू शुरू च मशहूरियां देखियां होण ते बाबे रामदेव हुरी आप ते इक उन्हां दे साथी हुंदे सी उह एक जंगल जे चो जाके ते दो बूटियां जिहियां तोड़ के कहिंदे हुंदे सी वी आ हा 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 आ जिहड़ी फलानी बूटी असीं इत्थों तोड़ी है ना इहनूं हुण असीं कोट के इहदे विच पाया ते जो असीं बणाता इह नहीं किसे कोलों बणिया हुण जदों तुसीं टीवी दे उपर उन्हां लोकां नूं दिखाओगे जिन्हां नूं उस विधि बारे नहीं पता जिन्हां नूं लगदा वी यार अच्छा इदां वी हो जांदा वी इत्थे साडे आस पास कोई बूटी आ ते इहदे इस सेवन दे नाल साडा फायदा हो जूगा हो सकता भी उहदे विच्चों बहुत सारियां चीज़ां दा फायदा हुंदा वी होवे मैं नहीं कहिंदा वी फायदा नहीं हुंदा पर जदों आपां गल इत्थे चलदी भी पोजिशनिंग की कि तुसीं किस प्रोडक्ट नूं किवें वेच रहे हो पहली गल तो यह आपां दस दईए भी जिहड़ा भारत दे विच मशहूरियां वाला म्यार आ इहदे विच अगले बंदे नूं गलत जानकारी देना जां उह चीज़ प्रोजैक्ट करना कोई नवां नहीं है इस तों पहलां भी आपां देखिया भी कई वड्डे वड्डे फिल्मी कलाकार अदाकार उहनां दी भी झाड़ झम हुंदी रही तो वह जाके उत्थे हल्फिया बयान भी दिंदे रहे भी जिहड़े साबण की मैं मशहूरी करती रही हाँ सर इहदे नाल तां मैं कदी नहाती नहीं एंड वह चीज़ किसी ने बाहर नहीं आउण दित्ती भी हाँ यार वाकई उन्होंने यह गल कही या जिहड़ा प्रोडक्ट मैं कहने भी मेरे बच्चे खाते हैं मैं तो कभी आप नहीं खाता बच्चे ने तो कितों खाना जी मतलब कहने तो यह भी पैसे लैके अपना चेहरा वेच के तो उस तो बाद लोगों वो सारा प्रोडक्ट जिहड़ा जी वो समझाने वाले लोग अजे भी चलते हैं और स्टिल चली जा रहा कारोबार इस तरह का ही रलदा मिलता जहाँ काम इतने से तो मैं ना एक गल तो चंकी हुई कि अदालत ने उत्थे गल कही कि भी यार तुसी जो कर सकदी आ थोड़ी दवाई या प्रोडक्ट तुसी वो कह दिओ सानू इतराज कोई नहीं पर जे तुसी ये कहो ये भी ये फलाना फलाना चमत्कार भी कर देंदी है यानी कि वह चीज़ जी कि नहीं हो सकती जे तुसी वो कह के अपना प्रोडक्ट बेचते हो तो वह गलत है वैसे तो एथिक के हिसाब से गलत आ पर जी तुसी एक उदाहरण दित्ती सी ना करोना की गोली वाली उस इंसीडेंट तो लैके तो हुण तक तुसी ये देखो भी जे सरकारी दरबारे सेहत मंत्री साहब तक अगलों की पहुँच है तो नाल बह के उदों जो दुनिया मरन नूं फिरदी सी तो उदों कहिंदे भी ना भी यार गोली च बहुत गलबात है उहदे तों बाद एक होर एपीसोड होया सी जदों डाक्टरां दे बारे च कुछ कह बैठे सी बाबा जी ते उहदे विच भी केस दे विच उहनां नूं बाद दे विच उह माफ़ी मंगनी पई सी जां शब्द अपने वापस लैने पए सी उह रेड़के बड़ी वड्डी वार चले पर उहनां रेड़कियां दा असर जे मैं को आखां भी खास होया जां उस तों बाद कोई फर्क पिया इहो जिहा कुछ नहीं हुण इह मशहूरियां वाले केस दे विच किन्ना क फर्क पऊगा जब तक हुंदा नहीं कुछ उन्नी देर तक मैनूं आस घट आ पर इन्ना जरूर है लोगों को आपां बेनती करदे आ वी यार सिर्फ टैलीविजन दे उपर वेख के रेडियो ते सुन के अखबार चों पढ़ के जां इधर उधर वड्डा होर्डिंग वेख के उसी वेले अखां मीट के आपां उहदे ते यकीन ना कर लिया करिए जो भी डब्बी हुंदी उहते लिखिया हुंदा वी फलानी फलानी चीज़ आ तुसीं इंटरनेट ते जाके सर्च कर लो हो सकदा सेम फार्मूला तुहानूं इस तों पहलां कोई होर आयुर्वेदा दे विच दस समझा देवे ते जिहड़ी चीज़ हो सकदा तुहानूं कई सौ दी मिलदी होवे जो तुम पंसारी को जाके पुछे तो वह कहे यार ये तो मामूली चीज़ है जी आ लो दसो कि चाहिए जो थोड़ा लगता भी वो यकीन है तो तुम अपने तौर पर थोड़ी रिसर्च करके खा लिया करो जरूरी नहीं भी जो टैलीविजन वाले समझाते सारा सच ही होगा।